ਭਗਤੀ ਸ਼ਕਤੀ ਦੇ ਮਾਲਕ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ। ਬਾਬਾ ਦੀਪ ਸਿੰਘ ਨੂੰ ਭਗਤੀ ਦੇ ਸ਼ਕਤੀ ਦਾ ਮਾਲਕ ਇਸੇ ਕਰਕੇ ਕਿਹਾ ਜਾਂਦਾ ਕਿ ਬਾਬਾ ਜੀ ਜਿੰਨੀ ਜਪ ਤਪ ਭਗਤੀ ਕਿਸੇ ਨੇ ਨਹੀਂ ਕੀਤੀ। ਬਾਬਾ 101 ਪਾਠ ਜਪਜੀ ਸਾਹਿਬ ਤੇ ਨਿਤਨੇਮ ਬਾਣੀਆਂ ਦਾ ਪਾਠ ਕਰਦੇ ਸੀ ਤੇ ਬਾਬਾ ਦੀਪ ਸਿੰਘ ਜੀ 18 ਘੰਟੇ ਦਾ ਸਮੇਂ ਲਾਉਂਦੇ ਸੀ ਜਿਸ 'ਚ ਉਹ ਪਰਮਾਤਮਾ ਦੇ ਵਿੱਚ ਪੂਰੇ ਲੀਨ ਹੁੰਦੇ ਸੀ। ਬਾਬਾ ਦੀਪ ਸਿੰਘ ਦੀ ਇੰਨੀ ਸੱਚੀ ਸੁੱਚੀ ਭਗਤੀ ਦੇ ਕਾਰਨ ਹੀ ਬਾਬਾ ਜੀ ਦੇ ਅੰਦਰ ਇੰਨੀਆਂ ਸ਼ਕਤੀਆਂ ਦਾ ਨਿਵਾਸ ਸੀ ਜਿਹੜੇ ਕੁੱਲ ਬ੍ਰਹਿਮੰਡ ਨੂੰ ਹਿਲਾ ਸਕਦੀਆਂ ਸੀ। ਹੋਣੀ ਨੂੰ ਕੋਈ ਨਹੀਂ ਟਾਲ ਸਕਦਾ, ਕਾਲ ਨੂੰ ਕੋਈ ਨਹੀਂ ਟਾਲ ਸਕਦਾ, ਪਰ ਜੇ ਹੋਣੀ ਦੇ ਕਾਲ ਵੀ ਕਿਸੇ ਤੋਂ ਡਰਦੇ ਆ ਤੇ ਉਹ ਹੈ ਬਾਬਾ ਦੀਪ ਸਿੰਘ ਜੀ। ਕਹਿੰਦੇ ਮੌਤ ਜਿਹਦਾ ਨਾਮ ਸੁਣ ਕੇ ਡਰ ਜਾਂਦੀ ਆ ਹੋ ਗਏ ਧੰਨ ਧੰਨ ਬਾਬਾ ਦੀਪ ਸਿੰਘ ਜੀ, ਕਿਉਂਕਿ ਬਾਬਾ ਜੀ ਨੇ ਮੌਤ ਨੂੰ ਵੀ ਪਿੱਛੇ ਕਰਤਾ ਸੀ। ਬਾਬਾ ਜੀ ਦੇ ਅੰਦਰ ਜਗਦੀ ਭਗਤੀ ਦੀ ਜੋਤ ਇੰਨੀ ਪ੍ਰਬਲ ਸੀ ਕਿ ਬਾਬਾ ਜੀ ਸੀਸ ਤਲੀ ਤੇ ਰੱਖ ਕੇ ਵੀ ਖੰਡਾ ਖੜਕਾਉਂਦੇ ਰਹੇ ਸੀ। ਸੋ ਦਾਦੀ ਕਹਿੰਦੇ ਤੁਹਾਨੂੰ ਕੋਈ ਬੁਰੇ ਸੁਪਨੇ ਆ ਰਹੇ, ਡਰ ਲੱਗ ਰਿਹਾ, ਤੁਸੀਂ ਬਾਹਰ ਬੈਠੇ ਹੋ, ਤੁਸੀਂ ਇਕੱਲਾ ਮਹਿਸੂਸ ਕਰ ਰਹੇ ਹੋ ਆਪਣੇ ਆਪ ਨੂੰ ਕਿ ਕੋਈ ਤੁਹਾਨੂੰ ਮਾੜਾ ਕਰ ਜਾਏਗਾ, ਕੁਛ ਕਰਨ ਦੀ ਲੋੜ ਨਹੀਂ, ਬਾਬਾ ਦੀਪ ਸਿੰਘ ਨੂੰ ਯਾਦ ਕਰ ਲਓ ਬਸ। ਇਹ ਨੈਗੇਟਿਵ ਚੀਜ਼ਾਂ ਕਿੱਦਾਂ ਖਤਮ ਹੋ ਜਾਣਗੀਆਂ ਜ਼ਿੰਦਗੀ 'ਚ ਉਹ ਪਤਾ ਵੀ ਨਹੀਂ ਲੱਗੇਗਾ। ਬੜੀਆਂ ਸ਼ਕਤੀਆਂ ਤੁਹਾਨੂੰ ਹਰਾਉਣ ਪਿੱਛੇ ਲੱਗ ਗਈਆਂ ਹੁਣ, ਅਤੇ ਲੋਕਾਂ ਨੇ ਭਾਵੇਂ ਪ੍ਰਣ ਕਰ ਲਿਆ ਹੋਵੇ ਕਿ ਤੁਹਾਨੂੰ ਮਾਰ ਕੇ ਛੱਡਣਾ, ਪਰ ਜੇ ਬਾਬਾ ਦੀਪ ਸਿੰਘ ਜੀ ਤੁਹਾਡੀ ਰਾਖੀ ਕਰਨ ਲਈ ਬੈਠੇ ਨਾ, ਤੁਹਾਡਾ ਕੋਈ ਵਾਲ ਤੱਕ ਨਹੀਂ ਵਿੰਗਾ ਕਰ ਸਕਦਾ। ਉਹਨਾਂ ਨੇ ਜੇ ਰਾਖੀ ਕਰ ਲਈ ਤਾਂ ਸਮਝ ਲਓ ਮੌਤ ਵੀ ਟਲ ਗਈ, ਕੋਈ ਕੁਛ ਨਹੀਂ ਵਿਗਾੜ ਸਕਦਾ ਤੁਹਾਡਾ, ਕੋਈ ਬਿਮਾਰੀਆਂ ਰੋਗ ਕਸ਼ਟ ਕੁਛ ਵੀ ਨਹੀਂ ਹੈਗੇ। ਕਿਤੇ ਵੀ ਫਸੇ ਹੋ ਸੱਚੇ ਦਿਲੋਂ ਬਾਬਾ ਜੀ ਨੂੰ ਆਵਾਜ਼ ਲਗਾਓ ਕਿ ਬਾਬਾ ਦੀਪ ਸਿੰਘ ਜੀ ਮੇਰਾ ਕੋਈ ਨਹੀਂ ਹੈਗਾ ਇੱਥੇ, ਮੈਨੂੰ ਬਚਾ ਲਓ। ਦੇਖਣਾ ਬਾਬਾ ਦੀਪ ਸਿੰਘ ਜੀ ਖੰਡਾ ਲੈ ਕੇ ਪਹੁੰਚ ਜਾਣਗੇ ਤੁਹਾਡੀ ਰਾਖੀ ਕਰਨ ਲਈ। ਉਹ ਤਾਂ ਆਪਣੇ ਭਗਤਾਂ ਲਈ ਕੁਛ ਵੀ ਕਰ ਸਕਦੇ ਆ, ਅਤੇ ਜਿਹੜੇ ਤੁਹਾਡਾ ਮਾੜਾ ਕਰਨਾ ਚਾਹੁੰਦੇ ਆ ਨਾ, ਉਹਨਾਂ ਨੂੰ ਐਸਾ ਜਵਾਬ ਦੇਣਗੇ ਕਿ ਜਨਮਾਂ ਜਨਮਾਂ ਤੱਕ ਯਾਦ ਰੱਖਣਗੇ ਉਹ। ਭਰੋਸਾ ਰੱਖੋ ਬਾਬਾ ਜੀ 'ਤੇ, ਕੁਛ ਨਹੀਂ ਗਲਤ ਹੋਣਾ ਤੁਹਾਨੂੰ। ਤੁਹਾਡਾ ਚੰਗਾ ਸਮਾਂ ਬਾਬਾ ਦੀਪ ਸਿੰਘ ਜੀ ਲੈ ਕੇ ਆਉਣਗੇ। ਪਿਆਰ ਨਾਲ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ।